ਅੱਜ ਤੱਕ ਜਿਹੜਾ ਦੁਸਹਿਰੇ ਤੋਂ ਲੈ ਕੇ ਹੁਣ ਤੱਕ ਜਿਹੜਾ ਦੋਸ਼ੀ ਅਜੇ ਵੀ ਜਿਹੜੇ ਬਾਹਰ ਘੁੰਮਦੇ ਪਏ ਆ, ਜਲਦੀ ਤੋਂ ਜਲਦੀ ਦੋਸ਼ੀ ਗ੍ਰਿਫਤਾਰ ਨਾ ਹੋਏ ਤਾਂ ਵਾਲਮੀਕੀ ਸਮਾਜ ਜਿਹੜਾ ਹੈਗਾ ਉਹ ਪੂਰੇ ਪੰਜਾਬ ਦੇ ਵਿੱਚ ਜਿਹੜਾ ਧਰਨੇ ਪ੍ਰਦਰਸ਼ਨ ਕਰੇਗਾ। ਕੱਲ੍ਹ ਨੂੰ ਅਗਰ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਉਸ ਦਾ ਜ਼ਿੰਮੇਵਾਰ ਜ਼ਿਲ੍ਹਾ ਅੰਮ੍ਰਿਤਸਰ ਦਾ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਹੋਵੇਗੀ। ਔਰ ਜਿਹੜੇ ਲੋਕ ਉਸ ਟਾਈਮ ਸਾਰੇ ਇਕੱਠੇ ਹੋ ਕੇ ਸ਼ਰਾਰਤੀ ਅਨਸਰ ਜਿਹੜੇ ਭਗਵਾਨ ਰਾਮ ਦਾ ਪੁਤਲਾ ਜਲਾ ਰਹੇ ਸੀ, ਉਹਨਾਂ ਸਾਰਿਆਂ ਦੇ ਹੁਣ ਗ੍ਰਿਫਤਾਰ ਕਰਕੇ ਧਾਰਾ 302 ਲਾਗੂ ਕੀਤੀ ਜਾਵੇ। ਭਗਵਾਨ ਰਾਮ ਦੇ ਸਵਰੂਪ ਨੂੰ ਅੱਗ ਲਾਈ ਗਈ ਤਾਂ ਉਸ ਵੇਲੇ ਨਾਰਾ ਜਿਹੜਾ ਜੋ ਬੋਲੇ ਸੋ ਨਿਹਾਲ ਦਾ ਲਾਇਆ ਗਿਆ ਸੀਗਾ। ਉਹਦੇ ਨਾਲ ਇਹ ਹੁੰਦਾ ਵੀ ਜਾਣੀ ਕਿ ਜਿਹੜਾ ਹਿੰਦੂ ਅਤੇ ਸਿੱਖ ਭਾਈਚਾਰੇ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਸਾਹਿਬ ਨਹੀਂ ਮਿਲੇ ਜੀ, ਜਿਹਦੇ ਕਰਕੇ ਸਾਨੂੰ ਮਜਬੂਰਨ ਹੋ ਕੇ ਜਦੋਂ ਸਾਡੀ ਸੁਣਵਾਈ ਨਹੀਂ ਕੀਤੀ ਗਈ ਤਾਂ ਸਾਨੂੰ ਜਿਹੜਾ ਰੋਡ 'ਤੇ ਆਉਣਾ ਪਿਆ, ਸਾਨੂੰ ਕਚਹਿਰੀ ਚੌਂਕ ਆਣ ਕੇ ਘੇਰਨਾ ਪਿਆ। ਦੁਸਹਿਰੇ ਦੇ ਤਿਉਹਾਰ 'ਤੇ ਭਗਵਾਨ ਰਾਮ ਜੀ ਦੇ ਸਰੂਪਾਂ ਦੀ ਜੋ ਬੇਅਦਬੀ ਜਿਹੜੀ ਹੈ ਉਹ ਕੀਤੀ ਗਈ ਸੀ ਤਾਂ ਉਸਨੂੰ ਲੈ ਕੇ ਅੱਜ ਵੱਡੇ ਪੱਧਰ ਦੇ ਉੱਤੇ ਅੰਮ੍ਰਿਤਸਰ ਦੇ ਕਚਹਿਰੀ ਚੌਂਕ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਅੰਮ੍ਰਿਤਸਰ ਦੇ ਕਚਹਿਰੀ ਚੌਂਕ ਦੀਆਂ ਤਸਵੀਰਾਂ ਨੇ। ਤੁਹਾਨੂੰ ਦੱਸ ਦਈਏ ਕਿ ਮਾਨਾਂ ਵਾਲੇ ਦੁਸਹਿਰੇ ਵਾਲੇ ਦਿਨ ਭਗਵਾਨ ਰਾਮ ਜੀ ਦੇ ਸਰੂਪ ਦੀ ਬੇਅਦਬੀ ਕਰਨ ਵਾਲੇ ਜਿਹੜੇ ਲੋਕ ਸਨ ਉਹਨਾਂ ਨੂੰ ਫਿਲਹਾਲ ਪੁਲਿਸ ਅਧਿਕਾਰੀਆਂ ਵੱਲੋਂ ਗ੍ਰਿਫਤਾਰ ਜ਼ਰੂਰ ਕੀਤਾ ਗਿਆ ਸੀ ਤਾਂ ਅੱਜ ਵੱਡੇ ਪੱਧਰ ਦੇ ਉੱਤੇ ਇਹ ਧਰਨਾ ਪ੍ਰਦਰਸ਼ਨ ਜਿਹੜਾ ਹੈ ਕੀਤਾ ਜਾ ਰਿਹਾ ਹੈ। ਰੋਸ ਰੈਲੀ ਜਿਹੜੀ ਕੱਢੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ, ਹੱਥਾਂ ਦੇ ਵਿੱਚ ਬੈਨਰ ਜਿਹੜੇ ਨੇ ਉਹ ਫੜੇ ਹੋਏ ਨੇ ਤਾਂ ਨਾਲ ਦੇ ਨਾਲ ਹੀ ਉੱਥੇ ਲਿਖਿਆ ਗਿਆ ਕਿ ਧਾਰਾ 302 ਦੇ ਤਹਿਤ ਮੁਕੱਦਮਾ ਦਰਜ ਕਰਕੇ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ। ਇਸ ਤਰੀਕੇ ਦੀ ਜਿਹੜੀ ਨਾਅਰੇਬਾਜ਼ੀ ਹੈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਅੰਮ੍ਰਿਤਸਰ ਦੀਆਂ ਤਸਵੀਰਾਂ ਨੇ। ਵੱਡੇ ਪੱਧਰ ਦੇ ਉੱਤੇ ਜਿਹੜੀ ਰੋਸ ਰੈਲੀ ਹੈ ਉਹ ਕੱਢੀ ਜਾ ਰਹੀ ਹੈ ਤਾਂ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ। ਸਰ, ਇੰਨੇ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਕਰਨ ਦੀ ਕੀ ਲੋੜ ਪਈ? ਹੋਰ ਵੀ ਆਗੂ ਜਿਹੜੇ ਨੇ ਸਾਡੇ ਨਾਲ ਮੌਜੂਦ ਨੇ ਅਤੇ ਅਸੀਂ ਗੱਲਬਾਤ ਜ਼ਰੂਰ ਕਰਨੀ ਚਾਹਾਂਗੇ। ਸਰ, ਵੱਡੇ ਪੱਧਰ ਦੇ ਉੱਤੇ ਰੋਸ ਪ੍ਰਦਰਸ਼ਨ ਜਾਰੀ ਹੈ, ਕੀ ਵਜ੍ਹਾ ਕੀ ਪਈ ਹੈ ਇੰਨੇ ਵੱਡੇ ਪੱਧਰ ਦੇ ਉੱਤੇ ਰੋਸ ਪ੍ਰਦਰਸ਼ਨ ਕਰਨਾ ਪਿਆ? ਆਪਾਂ ਸਾਰੇ ਜਾਣਦੇ ਹਾਂ ਕਿ ਜੋ ਪਿਛਲੇ ਦਿਨੀ ਦੁਸਹਿਰੇ ਵਾਲੇ ਦਿਨ ਜਿਹੜਾ ਹੈਗਾ ਆਪਣੇ ਪਿੰਡ ਅੰਮ੍ਰਿਤਸਰ ਦੇ ਪਿੰਡ ਮਾਨਾਂਵਾਲਾ ਵਿਖੇ ਭਗਵਾਨ ਰਾਮ ਦੇ ਜੋ ਪੁਤਲੇ ਜਲਾ ਕੇ ਸਵਰੂਪ ਜਲਾ ਕੇ ਜੋ ਬੇਅਦਬੀ ਕੀਤੀ ਗਈ ਉਸੇ ਸੰਬੰਧ ਦੇ ਵਿੱਚ ਜਿਹੜਾ ਹੈਗਾ ਅੱਜ ਅਸੀਂ ਜਿਹੜਾ ਐਡਾ ਵੱਡਾ ਰੋਸ ਪ੍ਰਦਰਸ਼ਨ ਜਿਹੜਾ ਅੰਮ੍ਰਿਤਸਰ ਦੇ ਵਿੱਚ ਕੀਤਾ, ਕਿਉਂਕਿ ਅੱਜ ਤੱਕ ਜਿਹੜਾ ਦੁਸਹਿਰੇ ਤੋਂ ਲੈ ਕੇ ਹੁਣ ਤੱਕ ਜਿਹੜਾ ਦੋਸ਼ੀ ਅਜੇ ਵੀ ਜਿਹੜੇ ਬਾਹਰ ਘੁੰਮਦੇ ਪਏ ਆ, ਪ੍ਰਸ਼ਾਸਨ ਵੱਲੋਂ ਜਿਹੜਾ 27 ਬੰਦਿਆਂ ਦੇ ਉੱਤੇ 22 ਨੇ ਪਰਚਾ ਦਰਜ ਕੀਤਾ ਗਿਆ, ਪਰ ਹਾਲੇ ਤੱਕ ਜਿਹੜੇ 8-9 ਬੰਦੇ ਜਿਹੜੇ ਗ੍ਰਿਫਤਾਰ ਕੀਤੇ ਗਏ ਆ। ਔਰ ਇਸੇ ਸੰਬੰਧ ਦੇ ਵਿੱਚ ਜਦੋਂ ਇਹ ਘਟਨਾ ਹੋਈ ਸੀ ਤਾਂ ਹੀ SSP ਸਾਹਿਬ ਨੂੰ ਆਣ ਕੇ ਮਿਲ ਕੇ ਗਏ ਸੀ ਔਰ SSP ਸਾਹਿਬ ਨੇ ਸਾਨੂੰ ਵਿਸ਼ਵਾਸ ਦਵਾਇਆ ਸੀਗਾ ਕਿ ਮੈਂ ਜਲਦ ਤੋਂ ਜਲਦ ਜਿਹੜਾ ਹੈਗਾ ਉਹ ਬੰਦੇ ਸਾਰੇ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕਰੂੰਗਾ। ਪਰ ਬੜੇ ਦੁੱਖ ਵਾਲੀ ਗੱਲ ਆ ਕਿ ਜੇ ਅਸੀਂ ਅੱਜ ਤੱਕ ਜਿਹੜਾ SSP ਸਾਹਿਬ ਨੂੰ ਫੋਨ ਕਰਕੇ ਪੁੱਛਦੇ ਸੀ ਵੀ ਸਾਨੂੰ ਦੱਸਿਆ ਜਾਵੇ ਕਿੰਨੇ ਦੋਸ਼ੀ ਗ੍ਰਿਫਤਾਰ ਕੀਤੇ ਗਏ ਜਾਂ ਕੀ ਸਟੇਟਸ ਆ ਮਾਨਾਂ ਵਾਲੇ ਦਾ, ਤਾਂ ਬੜੇ ਦੁੱਖ ਵਾਲੀ ਗੱਲ ਹੈ ਕਿ SSP ਸਾਹਿਬ ਜਿਹੜਾ ਫੋਨ ਚੁੱਕਣੇ ਖੜ ਗਏ, ਕਿਉਂਕਿ ਅਸੀਂ ਇਹ ਗੱਲ ਕਹੀ ਸੀਗੀ ਵੀ ਜੇ ਜਲਦੀ ਤੋਂ ਜਲਦੀ ਦੋਸ਼ੀ ਗ੍ਰਿਫਤਾਰ ਨਾ ਹੋਏ ਤਾਂ ਵਾਲਮੀਕੀ ਸਮਾਜ ਜਿਹੜਾ ਹੈਗਾ ਉਹ ਪੂਰੇ ਪੰਜਾਬ ਦੇ ਵਿੱਚ ਜਿਹੜਾ ਧਰਨੇ ਪ੍ਰਦਰਸ਼ਨ ਕਰੇਗਾ। ਕੱਲ੍ਹ ਨੂੰ ਅਗਰ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਉਸ ਦਾ ਜ਼ਿੰਮੇਵਾਰ ਜ਼ਿਲ੍ਹਾ ਅੰਮ੍ਰਿਤਸਰ ਦਾ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਹੋਵੇਗੀ। ਸਰ, ਗੱਲ ਕਰੀਏ ਪੁਲਿਸ ਦੀ ਤਾਂ ਪੁਲਿਸ ਕਹਿ ਰਹੀ ਹੈ ਜੀ ਅਸੀਂ ਤਾਂ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਹੈ ਆਪਣੇ ਪੱਧਰ ਦੇ ਉੱਤੇ ਕਾਰਵਾਈ ਕਰ ਰਹੇ ਹਾਂ। ਦੇਖੋ ਜੀ, ਕਾਰਵਾਈ ਕਰ ਰਹੇ ਆ, ਪਰ ਦੋਸ਼ੀ ਕਿਹੜਾ ਬੰਗਲਾਦੇਸ਼ 'ਚੋਂ ਆਇਆ, ਹੈ ਤਾਂ ਪਿੰਡ ਮਾਨਾਂ ਵਾਲੇ ਦੀ ਆ, ਕੀ ਉਹ ਫੜ ਨਹੀਂ ਹੋ ਰਹੇ? ਜਦੋਂ ਜੀ ਫੜ ਰਹੇ ਹਾਂ ਜੀ, ਨਾ ਹਾਲੇ ਤੱਕ ਨਹੀਂ ਫੜੇ ਹੋਏ, ਕਿਉਂਕਿ 27 ਬੰਦਿਆਂ 'ਤੇ ਪ੍ਰਸ਼ਾਸਨ ਜਾਣੀ ਕਿ ਆਪਣੀ ਜ਼ਬਾਨੀ ਗੱਲ ਕਹਿ ਰਿਹਾ ਵੀ 22 ਨੇਮ ਜਿਹੜੇ ਪਰਚੇ ਦਰਜ ਆ, ਪਰ ਹਾਲੇ ਤੱਕ 8 ਦੋਸ਼ੀ ਫੜ ਹੋਏ ਆ, ਬਾਕੀ 19 ਲੋਕ ਕਿੱਥੇ ਗਏ? ਪਰ ਸਾਡੀ ਤਾਂ ਮੰਗ ਇਹ ਆ ਵੀ ਇਕੱਲਾ ਉਹ 19 ਲੋਕ ਹੀ ਨਹੀਂ, ਜਿਹੜੇ ਵੀਡੀਓ ਵਾਇਰਲ ਵਿੱਚ ਜਿੰਨੇ ਵੀਡੀਓ ਵਿੱਚ ਵਾਇਰਲ ਹੋਈ ਵੀਡੀਓ ਵਿੱਚ ਆਏ ਉਹ ਲੋਕ, ਔਰ ਜਿਹੜੇ ਲੋਕ ਉਸ ਟਾਈਮ ਸਾਰੇ ਇਕੱਠੇ ਹੋ ਕੇ ਸ਼ਰਾਰਤੀ ਅਨਸਰ ਜਿਹੜੇ ਭਗਵਾਨ ਰਾਮ ਦਾ ਪੁਤਲਾ ਜਲਾ ਰਹੇ ਸੀ ਉਹਨਾਂ ਸਾਰਿਆਂ ਦੇ ਹੁਣ ਗ੍ਰਿਫਤਾਰ ਕਰਕੇ ਧਾਰਾ 302 ਲਾਗੂ ਕੀਤੀ ਜਾਵੇ। ਉਹਦਾ ਕਾਰਨ ਇਹ ਆ ਵੀ ਅੱਗੇ ਤੋਂ ਐਸੀ ਘਿਨਾਉਣੀ ਹਰਕਤ ਕੋਈ ਵੀ ਬੰਦਾ ਨਾ ਕਰ ਪਾਵੇ ਜਿਹਦੇ ਨਾਲ ਜਿਹੜਾ ਫਿਰਕੂ ਦੰਗੇ ਹੋਣ, ਜਿਹਦੇ ਕਰਕੇ ਜਾਤੀਵਾਦ ਦਾ ਜਿਹੜਾ ਪਸਾਦ ਪਵੇ, ਕਿਉਂਕਿ ਜਿਸ ਵੇਲੇ ਭਗਵਾਨ ਰਾਮ ਦੇ ਸਵਰੂਪ ਨੂੰ ਅੱਗ ਲਾਈ ਗਈ ਤਾਂ ਉਸ ਵੇਲੇ ਨਾਰਾ ਜਿਹੜਾ ਜੋ ਬੋਲੇ ਸੋ ਨਿਹਾਲ ਦਾ ਲਾਇਆ ਗਿਆ ਸੀਗਾ। ਉਹਦੇ ਨਾਲ ਇਹ ਹੁੰਦਾ ਵੀ ਜਾਣੀ ਕਿ ਜਿਹੜਾ ਹਿੰਦੂ ਅਤੇ ਸਿੱਖ ਭਾਈਚਾਰੇ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਜਿਹਨੂੰ ਕਦੇ ਵੀ ਜਿਹੜਾ ਹੈਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੀ, ਯਾਨੀ ਕਿ ਮਾਹੌਲ ਖਰਾਬ ਕਰਨ ਦੀ ਜ਼ਰੰ ਕੋਸ਼ਿਸ਼। ਬਿਲਕੁਲ ਜੀ, ਕਿਉਂਕਿ ਜਿਹੜਾ ਹੁਣ ਅਗਰ ਗੱਲ ਕਰੀਏ ਤਾਂ ਵੱਡੇ ਪੱਧਰ ਦੇ ਉੱਤੇ ਜਿਹੜਾ ਇੰਨਾ ਪ੍ਰਦਰਸ਼ਨ ਕਰਨ ਦੀ ਕੀ ਲੋੜ ਪਈ ਆ, ਕਿਉਂ ਤੁਹਾਡੇ ਵੱਲੋਂ ਇੱਕ ਕਚਹਿਰੀ ਚੌਂਕ ਨੂੰ ਪੂਰਾ ਜਾਮ ਕਰ ਦਿੱਤਾ ਗਿਆ, ਕੀ ਲੋੜ ਕੀ ਪਈ? ਦੇਖੋ ਜੀ, ਇਹੀ ਸ਼ਾਂਤੀਪੂਰਵਕ ਜਿਹੜਾ ਹੈਗਾ ਕੰਪਨੀ ਬਾਗ ਤੋਂ ਆਪਣਾ ਰੋਸ ਮਾਰਚ ਕਰਦੇ ਹੋਏ
ਡੀਸੀ ਦਫ਼ਤਰ 'ਤੇ ਗਏ ਸੀ ਅਸੀਂ ਔਰ ਬਕਾਇਦਾ ਹੀ ਪ੍ਰਸ਼ਾਸਨ ਨੂੰ ਦੱਸਿਆ ਸੀਗਾ ਵੀ ਅਸੀਂ ਜਿਹੜਾ ਡੀਸੀ ਸਾਹਿਬ ਨੂੰ ਆਪਣਾ ਮੰਗ ਪੱਤਰ ਦੇਣ ਆ ਰਹੇ ਹਾਂ ਵੀ ਦੋਸ਼ੀਆਂ ਨੂੰ ਜਿਹੜਾ ਜਲਦ ਤੋਂ ਜਲਦ ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਧਾਰਾ 302 ਨੂੰ ਜਿਹੜਾ ਹੈਗਾ ਇਹਨੂੰ ਕਨਵਰਟ ਕੀਤਾ ਜਾਵੇ। ਅਸੀਂ ਬੜੇ ਸ਼ਾਂਤੀਪੂਰਵਕ ਜਿਹੜਾ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਗਏ ਉੱਥੇ ਸਾਨੂੰ ਜਿਹੜਾ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਵੀ ਡੀਸੀ ਸਾਹਿਬ ਜਿਹੜਾ ਇਸ ਟਾਈਮ ਅਵੇਲੇਬਲ ਨਹੀਂ ਹੈਗੇ ਇੱਥੇ, ਏ ਡੀ ਸੀ ਸਾਹਿਬ ਨੂੰ ਜਿਹੜਾ ਮੰਗ ਪੱਤਰ ਦੇ ਦਿਓ। ਤਾਂ ਅਸੀਂ ਸ਼ਾਂਤੀਪੂਰਵਕ ਜਿਹੜਾ ਏ ਡੀ ਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਚਾਹਿਆ, ਪਰ ਹੋਇਆ ਕਿ ਕਾਫੀ ਸਮਾਂ ਉੱਥੇ ਰੁਕਣ ਤੋਂ ਬਾਅਦ ਵਿੱਚ ਸਾਡੇ ਕੋਲ ਜਿਹੜਾ ਤਹਿਸੀਲਦਾਰ ਸਾਹਿਬ ਨੂੰ ਭੇਜਿਆ ਗਿਆ ਕਿ ਮੰਗ ਪੱਤਰ ਫੜ ਲਓ, ਜਿਸ ਵੇਲੇ ਅਸੀਂ ਵਜ੍ਹਾ ਪੁੱਛੀ ਤਾਂ ਕਹਿੰਦੇ ਜੀ ਕਰੋਨਾ ਚੱਲਦਾ ਪਿਆ। ਸੋ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ, ਪੁਲਿਸ ਪ੍ਰਸ਼ਾਸਨ ਨੂੰ, ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸੜਕਾਂ 'ਤੇ ਆ, ਏ ਡੀ ਸੀ ਸਾਹਿਬ ਉੱਥੇ ਮਿਲੇ ਸੀ ਜਾਂ ਨਹੀਂ ਮਿਲੇ? ਏ ਡੀ ਸੀ ਸਾਹਿਬ ਨਹੀਂ ਮਿਲੇ ਜੀ, ਜਿਹਦੇ ਕਰਕੇ ਸਾਨੂੰ ਮਜਬੂਰਨ ਹੋ ਕੇ ਜਦੋਂ ਸਾਡੀ ਸੁਣਵਾਈ ਨਹੀਂ ਕੀਤੀ ਗਈ ਤਾਂ ਸਾਨੂੰ ਜਿਹੜਾ ਰੋਡ 'ਤੇ ਆਉਣਾ ਪਿਆ, ਸਾਨੂੰ ਕਚਹਿਰੀ ਚੌਂਕ ਆਣ ਕੇ ਘੇਰਨਾ ਪਿਆ। ਯਾਨੀ ਕਿ ਕਾਰਜਕਾਲ ਦੇ ਵਿੱਚ ਆਪਣੇ ਮੌਜੂਦ ਸਨ ਏ ਡੀ ਸੀ ਸਾਹਿਬ ਜਾਂ ਡੀ ਸੀ ਸਾਹਿਬ? ਦੇਖੋ ਜੀ, ਸਾਨੂੰ ਤਾਂ ਇਹ ਗੱਲ ਕਹੀ ਗਈ ਸੀਗੀ ਵੀ ਏ ਡੀ ਸੀ ਸਾਹਿਬ ਹੈਗੇ ਆ ਜੀ, ਠੀਕ ਆ ਜੀ। ਹੁਣ ਸਾਨੂੰ ਆਣ ਕੇ ਦੱਸਿਆ ਗਿਆ ਵੀ ਉਹਨਾਂ ਦੀ ਜਿਹੜੀ ਤਬੀਅਤ ਠੀਕ ਨਹੀਂ ਹੈਗੀ, ਐ ਡੀ ਐਮ ਸਾਹਿਬ ਨੂੰ ਜਿਹੜਾ ਤੁਸੀਂ ਮੰਗ ਪੱਤਰ ਦਿਓ, ਐਸ ਡੀ ਐਮ ਸਾਹਿਬ ਨੇ ਆਣ ਕੇ ਸਾਨੂੰ ਵਿਸ਼ਵਾਸ ਦਵਾਇਆ ਵੀ ਰਹਿੰਦੇ ਦੋਸ਼ੀ ਜਿਹੜੇ ਜਲਦ ਤੋਂ ਜਲਦ ਗ੍ਰਿਫਤਾਰ ਕੀਤੇ ਜਾਣਗੇ। ਯਾਨੀ ਕਿ ਤੁਸੀਂ ਆਪਣਾ ਮੈਮੋਰੈਂਡਮ ਜਿਹੜਾ ਉਹ ਦੇਣ ਆਏ ਸੀ, ਲੇਕਿਨ ਕਿਤੇ ਨਾ ਕਿਤੇ ਤੁਹਾਡੀ ਗੱਲ ਨਹੀਂ ਸੁਣੀ। ਤੁਸੀਂ ਆਪਣਾ ਮੰਗ ਪੱਤਰ ਦੇਣ ਆਏ ਸੀ, ਤੁਹਾਡੀ ਗੱਲ ਨਹੀਂ ਸੁਣੀ? ਨਹੀਂ, ਜੋ ਅਸੀਂ ਆਪਣਾ ਮੰਗ ਪੱਤਰ ਦੇਣਾ ਆਇਆ ਸੀ ਉਹ ਮੰਗ ਪੱਤਰ ਜਿਹੜਾ ਐਸ ਡੀ ਐਮ ਸਾਹਿਬ ਨੇ ਸਾਨੂੰ ਵਿਸ਼ਵਾਸ ਦਵਾ ਕੇ ਵੀ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਊਗਾ, ਸਾਡੇ ਕੋਲ ਜਿਹੜਾ ਕਚਹਿਰੀ ਚੌਂਕ ਦੇ ਵਿੱਚ ਆਣ ਕੇ ਜਿਹੜਾ ਮੰਗ ਪੱਤਰ ਲੈ ਲਿਆ। ਤਾਂ ਜੇ ਕਿਤੇ ਦੋਸ਼ੀ ਜਿਹੜੇ ਬਾਕੀ ਦੇ ਉਹ ਨਹੀਂ ਫੜੇ ਜਾਣਗੇ ਤਾਂ ਕੀ ਅਗਲਾ ਕਦਮ? ਫਿਰ ਅਸੀਂ ਪੂਰੇ ਪੰਜਾਬ ਵਿੱਚ ਜਿਹੜਾ ਪ੍ਰੋਟੈਸਟ ਕਰਾਂਗੇ। ਜਿਸ ਤਰੀਕੇ ਨਾਲ ਤੁਸੀਂ ਤਸਵੀਰਾਂ ਦੇਖੀਆਂ ਨੇ ਕਿ ਵੱਡੇ ਪੱਧਰ ਦੇ ਉੱਤੇ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਹੈ, ਰੈਲੀ ਕੱਢੀ ਗਈ ਹੈ, ਤਾਂ ਇਹਨਾਂ ਦੀ ਇੱਕੋ ਮੰਗ ਹੈ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਤਾਂ ਏ ਡੀ ਸੀ ਸਾਹਿਬ ਔਰ ਡੀ ਸੀ ਸਾਹਿਬ ਨੂੰ ਮੰਗ ਪੱਤਰ ਦੇਣ ਦੇ ਲਈ ਪਹੁੰਚੇ ਸਨ, ਸ਼ਾਂਤੀਪੂਰਵਕ ਪ੍ਰੋਟੈਸਟ ਚੱਲਦਾ ਪਿਆ ਸੀ, ਲੇਕਿਨ ਹੋਇਆ ਕਿ ਡੀ ਸੀ ਸਾਹਿਬ ਜਿਹੜੇ ਨੇ ਇਹਨਾਂ ਨੂੰ ਮਿਲੇ ਨਹੀਂ, ਏ ਡੀ ਸੀ ਸਾਹਿਬ ਮਿਲੇ ਨਹੀਂ, ਲੇਕਿਨ ਉਸ ਤੋਂ ਬਾਅਦ ਇਹ ਕਹਿ ਦਿੱਤਾ ਗਿਆ ਕਿ ਏ ਡੀ ਸੀ ਸਾਹਿਬ ਜਿਹੜੇ ਨੇ ਉਹਨਾਂ ਦੀ ਤਬੀਅਤ ਠੀਕ ਨਹੀਂ ਹੈ ਤਾਂ ਉਹ ਨਹੀਂ ਮਿਲ ਸਕਦੇ, ਜਿਸ ਕਾਰਨ ਜਿਹੜੀ ਕਿ ਭਾਵਨਾਵਾਂ ਨੇ ਉਹ ਇਹਨਾਂ ਦੀਆਂ ਆਹਤ ਹੋਈਆਂ, ਜਿਸ ਤੋਂ ਬਾਅਦ ਇਹ ਪ੍ਰਦਰਸ਼ਨ ਜਿਹੜਾ ਹੈ ਹੋਰ ਤਿੱਖਾ ਕੀਤਾ ਗਿਆ। ਤਾਂ ਇਹਨਾਂ ਦੀ ਇੱਕ ਮੰਗ ਰੱਖੀ ਗਈ ਹੈ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਧਾਰਾ 302 ਦੇ ਤਹਿਤ ਉਹਨਾਂ 'ਤੇ ਮਾਮਲਾ ਦਰਜ ਕੀਤਾ ਜਾਵੇ ਅਤੇ ਜਿਹੜੇ ਬਾਕੀ ਦੇ ਆਰੋਪੀ ਨੇ ਉਹਨਾਂ ਨੂੰ ਫੜਿਆ ਜਾਵੇ। ਅਗਰ ਜੇਕਰ ਉਹਨਾਂ ਨੂੰ ਨਹੀਂ ਫੜਿਆ ਜਾਂਦਾ ਤਾਂ ਇਹਨਾਂ ਵੱਲੋਂ ਸੰਘਰਸ਼ ਜਿਹੜਾ ਹੈ ਹੋਰ ਤਿੱਖਾ ਕੀਤਾ ਜਾਵੇਗਾ। ਵੀਡੀਓ ਜਰਨਲਿਸਟ ਮਨੋਜ ਭਗਤ ਨਾਲ ਵਿਸ਼ਾਲ ਸ਼ਰਮਾ, ਲਾਈਵ ਭਾਰਤ, ਅੰਮ੍ਰਿਤਸਰ। ਇੱਕ ਵਾਰ ਜੋ ਮੈਨੇ ਕਮਿਟਮੈਂਟ ਕਰ ਦੀ ਤਾਂ ਫਿਰ ਮੈਂ ਆਪਣੇ ਆਪ ਕੀ ਵੀ ਨਹੀਂ ਸੁਣਤਾ। ਬਿਲਕੁਲ ਜੀ ਬਿਲਕੁਲ, ਇਹ ਨੇ ਜੇਪੀ ਸਿੰਘ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਵਾਲੇ, ਜੋ ਇਹ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ, ਆਪਣਾ ਕੀਤਾ ਹੋਇਆ ਹਰ ਵਾਅਦਾ ਨਿਭਾਉਂਦੇ ਨੇ, ਇੱਕ ਦੋ ਤਿੰਨ ਚਾਰ ਨਹੀਂ ਬਲਕਿ ਵੀਜ਼ਿਆਂ ਦੇ ਢੇਰ ਲਵਾਉਂਦੇ ਨੇ। ਤੇ ਹੁਣ ਵੀਜ਼ਿਆਂ ਦੇ ਢੇਰ ਲੱਗਣ ਲਈ ਤਿਆਰ ਹੋ ਜਾਵੇ ਮਾਲਵਾ, ਕਿਉਂਕਿ ਜੇਪੀ ਸਿੰਘ ਖੁਦ ਆ ਰਹੇ ਨੇ ਹੁਣ ਮਾਲਵੇ ਦੀ ਧਰਤੀ ਤੇ ਹਰ ਸ਼ਨੀਵਾਰ ਮੋਗਾ। ਜੇਕਰ ਤੁਸੀਂ ਵੀ ਪੜ੍ਹਨ ਲਈ ਜਾਣਾ ਚਾਹੁੰਦੇ ਹੋ ਵਿਦੇਸ਼ ਤਾਂ ਮਿਲਣਾ ਨਾ ਭੁੱਲਣਾ, ਕਿਉਂਕਿ ਜੇਕਰ ਤੁਹਾਡੀ ਪ੍ਰੋਫਾਈਲ ਦੇਖ ਕੇ ਜੇਪੀ ਸਿੰਘ ਨੇ ਕਮਿਟਮੈਂਟ ਕਰ ਦਿੱਤੀ ਤਾਂ ਸਮਝੋ ਤੁਹਾਡਾ ਵੀਜ਼ਾ ਪੱਕਾ ਹੀ ਹੈ। ਫਿਰ ਨੋਟ ਕਰ ਲਓ, ਜੇਪੀ ਸਿੰਘ ਮਿਲਣਗੇ ਹਰ ਸ਼ਨੀਵਾਰ 21 ਨਵੰਬਰ ਤੋਂ ਮੋਗਾ ਦੇ ਬਿਗ ਬੈਨ ਹੋਟਲ ਦੇ ਵਿੱਚ ਨੀਅਰ ਬੱਸ ਸਟੈਂਡ।